ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਦੇ ਅੰਦਰ ਟਰਬਨ ਬਾਈ ਕਮਲ। ਮੈਂ ਹਾਂ ਤੁਹਾਡਾ ਕਮਲ ਅਤੇ ਅੱਜ ਦਾ ਨਵਾਂ ਐਪੀਸੋਡ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ। ਇਸ ਐਪੀਸੋਡ 'ਚ ਮੈਂ ਦੱਸਾਂਗਾ ਤੁਹਾਨੂੰ ਕਿ ਤੁਸੀਂ ਪਰਨਾ, ਪੱਗ ਸਟਾਈਲ ਪਰਨਾ, 3 ਮੀਟਰ ਲੰਬਾ ਹੋਰ 1 ਮੀਟਰ ਚੌੜਾ ਕਿਸ ਤਰੀਕੇ ਨਾਲ ਬੰਨ ਸਕਦੇ ਹੋ। ਅਤੇ ਇਹਦੇ ਅੰਦਰ ਬਹੁਤ ਹੀ ਆਸਾਨ ਤਰੀਕਾ ਹੋਏਗਾ ਇਹ ਵਾਲਾ, ਔਰ ਇਹ ਰੂਟੀਨ 'ਚ ਤੁਸੀਂ ਅਗਰ ਬੰਨੋਗੇ ਤਾਂ ਬੜਾ ਆਸਾਨ ਆ, ਤੁਹਾਡਾ ਪੱਗ ਦਾ ਬੇਸ ਵੀ ਮੰਨਿਆ ਜਾਏਗਾ। ਕਿਉਂਕਿ ਅਗਰ ਜਿਹੜੇ ਵੀਰ ਪੱਗ ਨਹੀਂ ਬੰਨ ਸਕਦੇ, ਜਿਨ੍ਹਾਂ ਨੂੰ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ, ਉਹਨਾਂ ਦੇ ਵਾਸਤੇ ਮੈਂ ਆਸਾਨ ਤੋਂ ਆਸਾਨ ਤਰੀਕਾ ਆਪਣੀ ਵੀਡੀਓ 'ਚ ਦੱਸਦਾ। ਅਤੇ ਇਹ ਵੀ ਇੱਕ ਆਸਾਨ ਤਰੀਕਾ ਹੀ ਹੈਗਾ। ਇਹਦੇ ਵਾਸਤੇ ਤੁਹਾਨੂੰ ਬੇਸ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਵੱਡਾ ਬਣਾਉਣਾ ਪਏਗਾ, ਜਿੱਦਾਂ ਤੁਸੀਂ ਬੇਸ 2.5 ਮੀਟਰ ਦਾ ਬੰਨ ਰਹੇ ਹੋ। ਅਤੇ ਉਹਦੇ ਉਹਦੇ ਉੱਪਰ ਤੁਸੀਂ ਸੇਮ ਕਲਰ ਦਾ ਤੁਸੀਂ ਇਹ ਪਰਨਾ ਬੰਨ ਸਕਦੇ ਹੋ। ਇਹ ਦੇਖ ਸਕਦੇ ਹੋ ਤੁਸੀਂ 1 ਮੀਟਰ ਇਹਦੀ ਹੈਗੀ ਚੌੜਾਈ, ਹੋਰ ਲੰਬਾਈ ਇਹਦੀ 3 ਮੀਟਰ ਹੈਗੀ। ਤਾਂ ਇਹਨੂੰ ਤੁਸੀਂ ਪੱਗ ਸਟਾਈਲ 'ਚ ਬੰਨੋਗੇ। ਪੱਗ ਸਟਾਈਲ 'ਚ ਬੰਨਣ ਦਾ ਤੁਹਾਨੂੰ ਇਹ ਹੋਏਗਾ ਕਿ ਜਿਹੜੇ ਵੀਰ ਪੱਗ ਬੰਨਣ 'ਚ ਥੋੜ੍ਹੀ ਦਿੱਕਤ ਆਉਂਦੀ ਹੈ, ਉਹਨਾਂ ਦੀ ਪ੍ਰੈਕਟਿਸ ਵੀ ਹੋ ਜਾਏਗੀ, ਉਹਨਾਂ ਦੇ ਵਾਸਤੇ ਥੋੜ੍ਹਾ ਜਿਹਾ ਆਸਾਨ ਵੀ ਰਹੇਗਾ। ਅਤੇ ਤੁਸੀਂ ਇਹ ਵਾਲਾ ਜ਼ਰੂਰ ਟਰਾਈ ਕਰਿਓ ਦੇਖ ਕੇ ਵੀਡੀਓ। ਅਗਰ ਜੇ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਹੋਰ ਵੀਰਾਂ ਤੱਕ ਵੀ ਪਹੁੰਚਾਇਓ। ਅਤੇ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਇਹ ਜਿਸ ਸਟਾਈਲ ਨਾਲ ਮੈਂ ਤੁਹਾਨੂੰ ਦੱਸ ਰਿਹਾ ਇਹਨੂੰ ਜ਼ਰੂਰ ਟਰਾਈ ਕਰੋਗੇ ਤਾਂ ਤੁਹਾਨੂੰ ਬਹੁਤ ਅੱਛਾ ਇਹਦਾ ਰਿਜ਼ਲਟ ਮਿਲੇਗਾ। ਰੋਜ਼ 2 ਤੋਂ 3 ਮਿੰਟ ਤੁਸੀਂ ਪੱਗ ਵਾਸਤੇ, ਦਸਤਾਰ ਵਾਸਤੇ ਜ਼ਰੂਰ ਦਿਆ ਕਰੋ, ਜਿਹਦੇ ਨਾਲ ਤੁਸੀਂ ਸੋਹਣੀ ਤੋਂ ਸੋਹਣੀ ਪੱਗਾਂ ਬੰਨ ਸਕੋ। ਆਓ ਦੇਖਦੇ ਹਾਂ ਕਿਸ ਤਰੀਕੇ ਨਾਲ ਇਹ 3x1 ਮੀਟਰ ਦਾ ਬੰਨਣਾ ਹੈਗਾ ਪਰਨਾ ਪੱਗ ਸਟਾਈਲ ਦੇ ਅੰਦਰ। ਪਹਿਲਾ ਲੈਣ ਜਿਹੜਾ ਹੈਗਾ ਉਹ ਸੈਂਟਰ 'ਤੇ ਲੈਣਾ ਹੈਗਾ ਸੀ, ਇਕਦਮ ਵਿੱਚੋਂ ਵਿੱਚ ਸੈਂਟਰ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਇਹਨੂੰ ਉੱਪਰੋਂ ਦੀ ਫੈਲਾ ਲੈਣਾ ਥੋੜ੍ਹਾ ਜਿਹਾ, ਕਿਉਂਕਿ ਫੈਲਾਓਗੇ ਤਾਂ ਹੀ ਤੁਹਾਨੂੰ ਜ਼ਿਆਦਾ ਇਹਦਾ ਫਾਇਦਾ ਹੋਏਗਾ। ਫਿਰ ਪਹਿਲਾ ਲੜ ਸਾਫ਼ ਕਰ ਲੈਣਾ ਥੋੜ੍ਹਾ ਜਿਹਾ, ਦੂਜਾ ਲੜ ਆਏਗਾ, ਦੂਜਾ ਬਸ ਥੋੜ੍ਹਾ ਜਿਹਾ ਉਸ ਤੋਂ ਹੇਠਾਂ ਆਏਗਾ, ਫੈਲਾਓ ਇਹਨੂੰ ਵੀ, ਕਿਉਂਕਿ ਸਾਡੇ ਕੋਲ 1 ਮੀਟਰ ਚੜ੍ਹਾਈ ਹੈ ਇਹਦੀ। ਇਹ ਦੂਜਾ ਲੜ ਆ ਗਿਆ ਔਰ ਇਹਨੂੰ ਵੀ ਤੁਸੀਂ ਫੈਲਾ ਕੇ ਹੀ ਰੱਖਣਾ ਹੈਗਾ, ਬਿਨਾਂ ਫੈਲਾਏ ਨਹੀਂ ਚੱਲਣਾ। ਛੋਟਾ ਪਰਨਾ ਹੈ ਪਰ ਪੂਰਾ ਸਿਰ ਢੱਕ ਲੈਂਦਾ। ਤੀਜਾ ਲੜ ਆ ਰਿਹਾ ਹੁਣ ਸਾਡਾ, ਤੀਜੇ ਲੜ ਨੂੰ ਵੀ ਤੁਸੀਂ ਦੂਜੇ ਲੜ ਤੋਂ ਥੋੜ੍ਹਾ ਜਿਹਾ ਉੱਪਰ ਰੱਖਣਾ ਹੈਗਾ। ਲੜਾਂ 'ਚ ਗੈਪ ਜ਼ਿਆਦਾ ਆਏਗਾ ਕਿਉਂਕਿ ਚੌੜਾਈ ਸਾਡੀ 1 ਮੀਟਰ ਹੈਗੀ, ਇਸ ਕਰਕੇ ਇਹ ਪੂਰਾ ਪੂਰਾ ਆਏਗਾ ਸਿਰ ਦੇ ਉੱਪਰ। ਲੜ ਵੀ ਅੱਛੇ ਬਣਨਗੇ ਇਹਦੇ ਅਤੇ ਗੁਲਾਈ ਇਸ ਕਰਕੇ ਵਧੀਆ ਹੈਗੀ ਕਿਉਂਕਿ ਅਸੀਂ ਬੇਸ ਜਿਹੜਾ ਹੈਗਾ ਨਾ ਉਹ ਅਸੀਂ 2.5 ਮੀਟਰ x1 ਮੀਟਰ ਦਾ ਹੈ ਬੇਸ ਬੰਨਿਆ ਹੋਇਆ ਥੱਲੇ। ਹੁਣ ਆਖਰੀ ਲੜ ਆ ਗਿਆ ਸਾਡਾ, ਆਖਰੀ ਲੜ ਜਿੱਦਾਂ ਵੀ ਤੁਸੀਂ ਲੈਣਾ ਚਾਹੋ, ਚਾਹੇ ਤਾਂ ਤੁਸੀਂ ਸਿੱਧਾ ਫਸਾ ਦਿਓ, ਚਾਹੇ ਤੁਸੀਂ ਲਾ ਲਓ ਪਿੰਨ ਲਾ ਕੇ ਲਗਾਉਣਾ, ਲੇਕਿਨ ਪਿੰਨ ਅੱਛੀ ਨਹੀਂ ਲੱਗਦੀ ਕਿਉਂਕਿ ਅਸੀਂ ਦੇਸੀ ਸਟਾਈਲ 'ਚ ਪੱਗ ਸਟਾਈਲ ਪਰਨਾ ਬੰਨ ਰਹੇ ਹਾਂ। ਉੱਪਰੋਂ ਦੀ ਢੱਕ ਲੈਣਾ ਹੈਗਾ ਖੋਲ੍ਹ ਕੇ ਅਤੇ ਪਿੱਛੋਂ ਦੀ ਲੜ ਅੰਦਰ ਪਾ ਲੈਣਾ। ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਤਾਂ ਮੈਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਹੋਰ ਵੀਰਾਂ ਤੱਕ ਵੀ ਪਹੁੰਚਾਇਆ ਕਰੋ। ਤਿਆਰ ਹੋ ਗਿਆ ਸਾਡਾ ਪਰਨਾ ਅਤੇ ਜਿਹੜੀ ਥੋੜ੍ਹੀ ਬਹੁਤ ਸਫਾਈ ਕਰਨੀ ਹੈ ਲੜਾਂ ਦੀ ਉਹ ਤੁਸੀਂ ਕਰ ਸਕਦੇ ਹੋ। ਵੈਸੇ ਤਾਂ ਦੇਸੀ ਸਟਾਈਲ ਹੈ, ਤੁਸੀਂ ਪਾ ਕੇ ਇੱਦਾਂ ਹੀ ਜਾ ਸਕਦੇ ਹੋ। ਇਹ ਹੋ ਗਿਆ 3x1 ਮੀਟਰ ਦਾ ਪਰਨਾ। ਥੈਂਕ ਯੂ ਵੈਰੀ ਮੱਚ ਦੇਖਣ ਵਾਸਤੇ।
ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।